ਤਾਂ ਹੋਰ ਫਿਰ ਕੀ ਹਾਲ ਚਾਲ ਹੈ ਸਾਰੇ ਜਣੇ ਦੇ। ਆਈ ਹੋਪ ਵਧੀਆ ਹੋਵੋਗੇ। ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਹੱਡਾਂ ਦੇ ਮਸਲੇ ਮਸਲੇ ਹੁੰਦੇ ਰਹਿੰਦੇ ਆ, ਤਾਂ ਇੱਕ ਹੋਰ ਮਸਲਾ ਹੋ ਜਾਣਾ ਨਾ ਕਿ ਹੱਡੀ ਬੱਤੀ ਨਹੀਂ ਆ ਰਹੀ। ਜਣੇ ਦਾ ਸਾਡਾ ਜਿਹੜਾ ਇਨਵੇਟਰ ਹੈ ਉਹ ਵੀ ਪੂਰੀ ਤਰ੍ਹਾਂ ਡਾਊਨ ਹੋ ਚੁੱਕਾ ਹੈ। ਦੇਖੋ ਨਾ, ਤੁਹਾਨੂੰ ਇਨਵੇਟਰ ਵੀ ਪੂਰੀ ਤਰ੍ਹਾਂ ਡਾਊਨ ਹੋ ਗਿਆ। ਆਹ ਚੈੱਕ ਕਰੋ ਇਧਰੋਂ, ਪੂਰਾ ਲਾਲ ਬੱਤੀ ਉਹਦੀ ਜਾਗੀ ਨਾ, ਇਨਵੇਟਰ ਵੀ ਖਤਮ ਹੋ ਗਿਆ। ਵਾ ਕੋਈ ਨਾਮੋ ਨਿਸ਼ਾਨ ਹੈ ਨੀਗਾ, ਆਉਣੀ ਆ ਨਹੀਂ ਆਉਣੀ ਕੋਈ ਪਤਾ ਨਹੀਂ ਹਲੇ। ਅਤੇ ਫਿਲਹਾਲ ਤਾਂ ਪਹਿਲਾਂ ਨਾ ਚੈੱਕ ਕਰ ਦੇਂਗੇ ਕਿ ਪਤਾ ਸਾਡੇ ਘਰ ਦੇ ਕਨੈਕਸ਼ਨ ਖਰਾਬ ਹੋਇਆ ਹੋਵੇ। ਬਾਕੀ ਮਹੱਲੇ 'ਚ ਬਾਕੀ ਥੋੜ੍ਹੀ ਹੈਗੀ ਹੈ, ਮਤਲਬ ਫੇਸ ਦਾ ਚੱਕਰ ਆ। ਮੇਨਲੀ ਮੇਰੇ ਨਾਲ ਖਿਆਲ ਸਾਡੇ ਫੇਸ ਦੀ ਨਹੀਂ ਆਉਂਦੀ, ਸਾਡੇ ਘਰਦਿਆਂ ਨੇ ਸਵਾਇਆ ਕਿ ਸਾਡੇ ਘਰਦਿਆਂ ਨੇ ਸੋਚਿਆ ਕਿ ਸਾਡੇ ਇਕੱਲੇ ਘਰਦਿਆਂ ਨਹੀਂ ਆਉਂਦੀ। ਮੈਨੂੰ ਲੱਗਦਾ ਕਿ ਫੇਸ ਦੀ ਨਹੀਂ ਆ ਰਹੀ, ਹੋਇਆ ਪਿਆ ਕੋਈ ਨਾ ਕੋਈ। ਐਂਡ ਯਾਰ, ਬੱਤੀ ਨਾ ਆਉਣ ਦੇ ਕਰਕੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਉਹ ਹੈ ਦਿਸ ਦਿਸ ਪੱਖਾ। ਜਦੋਂ ਇਹ ਨਹੀਂ ਚੱਲੂਗਾ ਤਾਂ ਗਰਮੀ 'ਚ ਕੀ ਹਾਲ ਹੋਊਗਾ। ਮੇਰੇ ਨਾਲ ਕਾਂਡ ਤਾਂ ਹੁੰਦੇ ਰਹਿੰਦੇ ਆ, ਬਟ ਹੁਣੇ ਹੁਣੇ ਹੋਇਆ ਅਲਟਰਾ ਪ੍ਰੋ ਮੈਕਸ ਲੈਵਲ ਦਾ ਕਾਂਡ। ਆਹ ਕੀ ਹੋਇਆ, ਲਾਲ ਜਿਹਾ ਕਿਵੇਂ ਹੋ ਗਿਆ? ਚੱਲ ਉਸ ਤੋਂ ਅਲਟਰਾ ਪ੍ਰੋ ਮੈਕਸ ਦਾ ਕਾਂਡ ਦੱਸਦਾ ਮੈਂ ਕਿ ਹੁਣ ਅੱਜ ਮੇਰੇ ਘਰ ਦੇ ਕਹਿੰਦੇ ਪਾਰਸ ਤੂੰ ਚਾਵਣਾ, ਮੈਂ ਬਣਾ ਦਿੰਦੇ ਫਿਰ ਹੋਰ ਕੋਈ ਕਹਿ ਨਹੀਂ ਸਕਦੇ। ਪੱਤੀ ਵਾਲੀ ਚਾਹ ਵਾਲੀ ਰੈਸਪੀ ਦੱਸਦਾ, ਬਟ ਤੁਹਾਨੂੰ ਹਨੇਰੇ 'ਚ ਵੇਖਣੀ ਪੈਣੀ ਆ ਕਿ ਦਿਸ ਇਜ਼ ਦਾ ਪੱਤੀ ਵਾਲਾ ਡੱਬਾ। ਉਹ ਦੂਜੇ ਹੱਥ ਨਾਲ ਫੜੋ ਪੂਣ, ਇਸ ਹੱਥ ਨਾਲ ਦੇਖੋ। ਇੱਕ ਚਮਚ ਪਾ ਦਿੱਤੀ, ਡੇਢ ਚਮਚ ਪਾ ਦਿੱਤੀ, ਬਿਨਾਂ ਵੇਖੇ ਪਾਓ, ਕੋਈ ਚੱਕਰ ਨਹੀਂ ਹੈ, ਠੀਕ ਹੈ? ਅੰਦਾਜ਼ਾ ਲਾਓ, ਨਹੀਂ ਆਉਂਦਾ ਤਾਂ ਕੁਝ ਵੀ ਕਰੀ ਜਾਓ। ਦਿਸ ਇਜ਼ ਖੰਡ, ਆ ਜਾ ਉੱਥੇ। ਖੰਡ ਨਾ ਸਾਨੂੰ ਜ਼ਿਆਦਾ ਪਿਆਰ ਹੈ, ਸੋ ਭਰ ਭਰ ਕੇ ਪਾਓ, ਕੋਈ ਚੱਕਰ ਨਹੀਂ, ਆਪਣੀ ਖੰਡ ਹੈ ਸਾਰੀ। ਜੇਕਰ ਕੋਈ ਕਹੂਗਾ ਜ਼ਿਆਦਾ ਖੰਡ ਮੰਗਾ ਤੀ ਪਾਰਸਲ, ਤਾਂ ਕਿਹੜਾ ਇੱਥੇ ਪਾ ਲੱਗਣਾ, ਇੱਡਾ ਤਾਂ ਡੱਬਾ ਭਰਿਆ ਪਿਆ। ਹੋਰ ਕੀ ਪਾਈਦਾ ਇਹਦੇ ਵਿੱਚ? ਲੂਣ ਲੂਣ ਲੂਣ, ਕਿੱਥੇ ਹੈ ਲੂਣ ਯਾਰ? ਲੂਣ ਨੂੰ ਥੋੜ੍ਹਾ, ਜਦੋਂ ਜਦੋਂ ਲੂਣ ਜ਼ਿਆਦਾ ਪਾਈਏ ਤਾਂ ਇਹਨੂੰ ਨਾ ਮਿੱਠੇ ਦਾ ਟੇਸਟ ਜਿਹਾ ਵੱਧ ਜਾਂਦਾ, ਪਰ ਖੰਡ ਤਾਂ ਪਹਿਲਾਂ ਵੱਧ ਪਾਈਏ। ਰਾਤ ਤੋਂ ਜ਼ੋਰ ਜ਼ੋਰ ਰੱਖਿਆ ਜਾਂਦਾ। ਹੁਣ ਇੱਥੇ ਇੱਕ ਸਿੰਪਲ ਜਿਹਾ ਕੰਮ ਕਰਨਾ, ਦਿਸ ਕੰਮ ਕਰਨਾ। ਕਿੱਧਰ ਗਿਆ ਪਤੀਲੇ ਦਾ ਡੰਡਾ? ਸਭ ਕੁਝ ਫਲਦੀ ਪਲਦੀ ਫਲੇਮ 'ਤੇ ਥੋੜ੍ਹਾ ਘੱਟ ਕਰੀਏ ਯਾਰ। ਹੁਣ ਠੀਕ ਹੈ, ਚੱਲ ਹੋ ਜਾ। ਹੁਣੇ ਹੁਣੇ ਮੇਰੇ ਮੰਮੀ ਨੇ ਦੱਸਿਆ ਕਿ ਮਾਮਾ ਜੀ ਨੂੰ ਫੋਨ ਕੀਤਾ ਸੀ, ਅਤੇ ਮਾਮਾ ਜੀ ਆਉਣ ਲੱਗੇ ਆ, ਐਂਡ ਆ ਕੇ ਵੇਖਣਗੇ ਕੀ ਹਿਸਾਬ ਕਿਤਾਬ ਹੋਇਆ ਵਾ, ਅਤੇ ਵੇਖਣਗੇ। ਹਲੇ ਤਾਂ ਮੈਨੂੰ ਨਹੀਂ ਪਤਾ ਕੀ ਵੇਖਣਗੇ, ਸੋ ਪਹਿਲਾਂ ਚਾਹ ਬਣਾ ਲਈਏ। ਚੈਟ ਜੀ ਵੇਖਣ ਵਾਲੀ ਯਾਰ, ਮੈਂ ਹੁਣੇ ਨੋਟਿਸ ਕੀਤਾ, ਜਦੋਂ ਮੈਂ ਇੱਥੇ ਜਾਣਾ ਹੋਵੇ ਲਾਲ ਲਾਲ ਹੋ ਜਾਣਾ ਸਾਰਾ, ਸਾਇਆ ਸੂਇਆ ਤਾਂ ਨਹੀਂ ਗੁਰੂ ਸਾਡੇ ਘਰ ਕਿਤੇ? ਇਹਦਾ ਬਾਅਦ 'ਚ ਪੁੱਛ ਪੜਤਾਲ ਕਰਦੇ ਹਾਂ, ਕੁਛ ਤਾਂ ਗੜਬੜ। ਮੈਂ ਜਦੋਂ ਇੱਥੇ ਆ ਕੇ ਖਲੋਣਾ, ਥੋੜ੍ਹਾ ਪਿੱਛੇ ਹੋ ਜਾਂਦੇ, ਥੋੜ੍ਹਾ ਹੋਰ ਪਿੱਛੇ ਹੋ ਜਾਂਦੇ, ਹਾਂ ਸਹੀ ਆ, ਫਿਰ ਥੋੜ੍ਹਾ ਅੱਗੇ ਜਾਂਦੇ ਹਾਂ। ਗੜਬੜ ਹੈ ਤੇਰਾ ਕੁਛ ਗੜਬੜ, ਥੋੜ੍ਹਾ ਇੱਧਰ ਅੱਗੇ, ਇੱਥੇ ਵੀ ਹੈ, ਇੱਧਰ ਨੋਰਮਲ ਹੈ। ਚਾਣ ਉੱਬਲ ਜੇ, ਨਹੀਂ ਤਾਂ ਮੈਨੂੰ ਖੈਣੀ ਯਾਰ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਹ ਜਿਹੜਾ ਲਾਲ ਜਿਹਾ ਹੋ ਜਾਂਦਾ ਨੇ ਇੱਕਦਮ, ਇਹ ਕਿਉਂ ਹੁੰਦਾ ਹੈ? ਕਿਉਂਕਿ ਆਪਣੇ ਸਾਈਡਾਂ 'ਤੇ ਨਾ ਰੋਸ਼ਨੀ ਅਲੱਗ ਅਲੱਗ ਜਗ੍ਹਾ ਤੋਂ ਆ ਰਹੀ, ਕਾਫੀ ਜਗ੍ਹਾ ਤੋਂ, ਹੈ ਨਾ? ਐਂਡ ਨਾ ਇੱਕੇ ਤਰ੍ਹਾਂ ਦਾ ਥੀਮ ਵੀ ਹੈ, ਜਿਵੇਂ ਆਹ ਵੀ ਬਲੂ ਬਰਾਊਨ ਐਂਡ ਵਾਈਟ ਹੈ, ਆਹ ਵੀ ਬਰਾਊਨ ਐਂਡ ਵਾਈਟ ਹੈ, ਇੱਥੇ ਬਰਾਊਨ ਐਂਡ ਵਾਈਟ ਹੈ, ਪਿੱਛੇ ਪਿੱਛੇ ਜਿਹੜਾ ਬੈੱਡ ਹੈ ਉੱਥੇ ਬਰਾਊਨ ਐਂਡ ਵਾਈਟ ਹੈ। ਸੋ ਇਹ ਹੁੰਦਾ ਹੈ ਕਿ ਜਦੋਂ ਜਿਹੜਾ ਆਪਣਾ AI ਹੁੰਦਾ ਨਾ ਕੈਮਰੇ ਦਾ, ਉਹਨੇ ਨਾ ਫਾਈਂਡ ਕਰਨਾ ਹੁੰਦਾ ਹੈ ਕਿ ਬੰਦੇ ਦਾ ਮੂੰਹ ਕਿੱਥੇ ਆ ਜਾਂ ਕੋਈ ਓਬਜੈਕਟ ਕਿੱਥੇ ਆ, ਤਾਂ ਕਿ ਮੈਂ ਉਹਨੂੰ ਕੈਪਚਰ ਕਰਾਂ ਸਹੀ ਤਰੀਕੇ ਨਾਲ। ਸੋ ਇਸ ਜਗ੍ਹਾ 'ਤੇ ਆ ਕੇ ਉਹ ਕੈਪਚਰ ਨਹੀਂ ਕਰ ਪਾਉਂਦਾ ਸਹੀ ਤਰ੍ਹਾਂ, ਉਹਦਾ ਸੈਂਸਰ ਸੂੰਸਰ ਦੇ ਜਿਹੜੇ ਲੱਗੇ ਹੁੰਦੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ, ਜਿਸ ਕਰਕੇ ਉਹ ਰੈਡ ਰੈਡ ਜਿਹਾ ਹੁੰਦਾ, ਕਾਫੀ ਅਜੀਬ ਹੋ ਜਾਂਦਾ, ਝੂਠ ਬਾਤ ਨਹੀਂ ਹੁੰਦੇ। ਹੁਣ ਮਾਮੂ ਨੇ ਜਾ ਕੇ ਨਾ ਵੇਖਿਆ ਬਾਹਰ ਮੀਟਰ 'ਤੇ, ਅਤੇ ਮੀਟਰ ਤੋਂ ਬੱਤੀ ਆਉਂਦੀ ਆ, ਅੰਦਰ ਅਸੀਂ ਇੱਥੇ ਮੇਨ ਸਵਿੱਚ 'ਤੇ ਵੇਖਣੇ ਤਾਂ ਬੱਤੀ ਨਹੀਂ ਆਉਂਦੀ, ਠੀਕ ਆ? ਹੁਣ ਨਾ ਇੱਕ ਆਹ ਜੋੜ ਜਿਹਾ ਵਾ ਪਿੱਛੇ, ਅਤੇ ਆਹ ਇੱਥੇ ਪਿੱਛੇ ਜੋੜ ਜਿਹਾ ਵਾ, ਅਤੇ ਆਹ ਪੌੜੀ ਦਾ ਹੀ ਆ, ਹੁਣ ਉੱਤੇ ਚੜ੍ਹ ਕੇ ਉਹ ਜੋੜ ਖੋਲ ਕੇ ਵੇਖਣ ਲੱਗੇ ਕੀ ਸੀਨ ਆ। ਮਾਮਾ ਜੀ ਨੇ ਉਸੇ ਲਿਆਉਂਦਾ ਸਾਰ ਸਾਰਾ ਕੁਝ ਠੀਕ ਕਰਤਾ, ਤਾਂ ਮੈਂ ਦੱਸੋ ਜੋੜ ਦੇ ਪਿੱਛੇ ਲੌਜਿਕ ਕੀ ਸੀ? ਮਾੜਾ ਤੁਸੀਂ ਬਸ ਦਬਾਇਆ ਤਾਂ ਉਹ ਸਹੀ ਹੋ ਗਿਆ ਇੱਕਦਮ। ਲੌਜਿਕ ਇਹ ਸੀ ਕਿ ਜਿਹੜੀ ਸਿਲਵਰ ਦੀ ਤਾਰ ਸੀ ਨਾ, ਉੱਥੇ ਕਾਰਬਨ ਜੰਮੀ ਗਈ ਸੀ ਪਾਣੀ ਪੈਣ ਦੇ ਨਾਲ, ਉਹ ਕਾਰਬਨ ਜੰਮੀ ਗਈ ਸੀ, ਉਹ ਜੋੜ ਆਪਾਂ ਵੱਢ ਗਏ ਅਤੇ ਨਵਾਂ ਜੋੜ ਕੰਪਲੀਟ ਕਰਤਾ, ਉਹਦੀ ਕਾਰਬਨ ਖਤਮ ਹੋ ਗਈ ਅਤੇ ਕਰੰਟ ਅੱਗੇ ਜਾਂਦਾ ਗਿਆ। ਹੁਣ ਸਾਰੇ ਜਣੇ ਸੁਣ ਲਓ, ਜਿਹਨੇ ਇਹਨਾਂ ਨੂੰ ਨਹੀਂ ਪਤਾ ਕਿ ਇੱਦਾਂ ਕਾਰਬਨ ਜੰਮ ਕੇ ਹੋ ਜਾਂਦਾ, ਵੈਸੇ ਮੈਨੂੰ ਨਹੀਂ ਪਤਾ, ਅਤੇ ਅਗਲੀ ਵਾਰੀ ਤੋਂ ਆਪੇ ਕਰ ਲਿਓ, ਠੀਕ ਹੈ? ਉਦੋਂ ਫਿਰ ਮਾਮਾ ਜੀ ਨੇ ਆ ਗਏ ਉਸੇ ਵੇਲੇ ਯਾਰ, ਫਟਾਫਟ ਹੀ ਲਾਈਟ ਠੀਕ ਕਰਤੀ, ਇਸ ਕਰਕੇ ਹੁਣ ਆਪਣੇ ਇੱਥੇ ਲਾਈਟ ਲਾਈਟ ਹੈ, ਠੀਕ ਹੈ? ਪੱਖਾ ਪੁੱਖਾ ਚੱਲ ਰਿਹਾ ਹੈ ਵਧੀਆ ਵਧੀਆ, ਅਤੇ ਪੂਰਾ ਸਭ ਇੱਕਦਮ ਮਜ਼ੇ ਮਜ਼ੇ ਆ, ਅਤੇ ਆਪਾਂ ਹੁਣ ਬੈਠ ਕੇ ਬਸ ਰੋਟੀ ਖਾਣ ਲੱਗੇ ਹਾਂ, ਅਤੇ ਬਾਏ।